أعوذ بالله जिस जिस मकाम से बैठे हुए मेरे पास है जी ने जमाना बनाए वली नहीं होते के खार मर के भी हरगिज कली नहीं होते हर एक मगर फरिश्ता देख ले मेहमान का कदम न रुके बुलंद हो पढ़ो सारे रल के आले मोहम्मद इजाद पाक ते जी वो पै मेरी ड्यूटी हो गई मेरी औकात नालों बद के सुने तुसा बड़ा सोहना आगाज कीता ने हुण कसीदा सुनावा हुक्म है साईं मंजूर साहब दा कसीदा एक दो शेर सुनाने ने ए तवज्जो सारे दे सुना देवा कसीदा मूड सारे दा है ਕਦੇ ਕਸੇ ਦੇ ਵਾਲੇ ਸਲਵਾਤ ਪੜੋ ਸਾਰੇ ਰਲ ਕੇ रहबर मन
ਸਾਡੀ ਸ਼ੇਰ ਸੁਣਾਵਾਂ ਹਾਰ 58 ਬਜ਼ੁਰਗਾਂ ਦਾ ਕੀ ਦਾ ਸਾਈ ਮਨਜ਼ੂਰ ਸਾਹਿਬ ਮਾਲਕ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ ਅਸਹਾਬੇ ਕਾਮ ਦਾ ਕੁੱਤਾ ਜੰਨਤ ਦੇ ਪਾਸੇ ਜਾਂਦਾ ਵੀ ਹੈ ਜੇ ਇੱਕ ਫਰਿਸ਼ਤੇ ਨੇ ਰੋਕਿਆ ਉਸ ਪੁੱਛਿਆ ਕਿੱਥੇ ਪਿਆ ਜਾਂਦਾ ਹੈ ਕੁੱਤੇ ਆਖਿਆ ਜੰਨਤ ਦੇ ਵਿੱਚ ਫਰਿਸ਼ਤੇ ਆਖਿਆ ਤੇਰੇ ਤੋਂ ਪਹਿਲੇ ਤੇਰੀ ਨਸਲ ਦਾ ਕੋਈ ਵੀ ਜੰਨਤ ਦੇ ਵਿੱਚ ਨਹੀਂ ਗਿਆ ਤੇ ਤੂੰ ਕਿਵੇਂ ਪਿਆ ਜਾਂਦਾ ਏ ਜਿਹੜੇ ਵੇਲੇ ਫਰਿਸ਼ਤੇ ਗੱਲ ਕੀਤੀ ਉਸ ਵੇਲੇ ਕੁੱਤੇ ਫਰਿਸ਼ਤੇ ਨੂੰ ਜਵਾਬ ਦਿੱਤਾ ਮੈਂ ਨਮਕ ਹਰਾਮੀ ਨਹੀਂ ਕੀਤੀ ਹਾਏ 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 ਕੁੱਤੇ ਦਾ ਜਵਾਬ ਮੈਂ ਭੇਦ ਕਿਸੇ ਦਾ ਖੋਲੇ ਅਦਾ ਕਰ ਛੋੜਿਆ ਨੇ ਮੈਨੂੰ ਮੇਰਾ ਹਿੱਸਾ ਮਿਲ ਗਿਆ ਤੁਸਾਂ ਜੀਵੋ ਪੈ ਬਾਦਸ਼ਾਹ ਰਾਜ਼ੀ ਹੋਵੇ ਅਲੀ ਸਰਦਾਰ ਦਾ ਮਲੰਗ ਇਵੇਂ ਬਾਜ਼ਾਰਾਂ ਤੇ ਗਲੀਆਂ ਤੇ ਚੌਕਾਂ ਦੇ ਵਿੱਚ ਅਲੀ ਅਲੀ ਪਿਆ ਕਰਦਾ ਏ ਜਾ ਇੱਕ ਮੌਲਵੀ ਆਇਆ ਉਸ ਆਖਿਆ ਯਾਰ ਤੂੰ ਅਲੀ ਅਲੀ ਕਰਨਾ ਛੋੜ ਤੈਨੂੰ ਮੈਂ ਮੁਫਤ ਹੱਜ ਕਰਾਉਂਦਾ ਜਿਹੜੇ ਮੌਲਵੀ ਇਹ ਗੱਲ ਕੀਤੀ ਜਿਹੜੇ ਵੇਲੇ ਮੌਲਵੀ ਗੱਲ ਕੀਤੀ ਅਲੀ ਸਰਦਾਰ ਦਾ ਮਲੰਗ ਅਲੀ ਸਰਦਾਰ ਦੇ ਮਲੰਗ ਦੇ ਚਿਹਰੇ ਤੇ ਜਲਾਲ ਆਇਆ ਇਵੇਂ ਮੌਲਵੀ ਦੇ ਪਾਸੇ ਦੇ ਇਵੇਂ ਜਲਾਲ ਦੇ ਵਿੱਚ ਆ ਕੇ ਮਲੰਗ ਦੀ ਆਵਾਜ਼ ਆਉਂਦੀ ਹੈ ਐ ਮੌਲਵੀ ਸਾਹਿਬ ਸੁਣ ਮੇਰੀ ਜਵਾਬ ਦਿੱਤਾ ਮੌਲਵੀ ਨੂੰ ਐ ਮੌਲਵੀ ਸਾਹਿਬ ਸੁਣ ਮੇ